ਇਹ ਸਾਲੇ ਦਾ ਵੀ ਕੁਛ ਨਹੀਂ ਹੋ ਸਕਦਾ। ਲੋਕਾਂ ਦੇ ਨਿਆਣੇ ਪੜ੍ਹ ਲਿਖ ਕੇ ਨੌਕਰੀ ਲੱਗ ਗਏ, ਇੱਕ ਇਹ ਸਾਲਾ ਮੋਬਾਈਲ ਦੇ ਵਿੱਚ ਹਰ ਵੇਲੇ ਵੜਿਆ ਰਹਿੰਦਾ। ਉਹ ਸਾਲਿਆ ਭੋਰਾ ਸ਼ਰਮ ਕਰ, ਤੇਰੀ ਮਾਂ ਜਿਹੜਾ ਤੇਰਾ ਤੇਰਾ ਵਿਆਹ ਕਰਨ ਨੂੰ ਫਿਰਦੀ ਆ। ਮੈਂ ਤਾਂ ਕਹਿੰਦਾ ਇਹਦੇ ਸਾਲੇ ਨਾਲ ਹੀ ਵਿਆਹ ਕਰਾ ਲਾ, ਕਿਉਂ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰਨੀ ਆ ਤੂੰ। ਵਿਹਲਾ ਸਾਲਾ, ਕੰਮ ਦਾ ਨਾ ਕਾਜ ਦਾ, ਦੁਸ਼ਮਣ ਸਾਲਾ ਨਾਜ ਦਾ। ਕਦੀ ਪਿਆਰ ਨਾਲ ਵੀ ਗੱਲ ਕਰ ਲਿਆ ਕਰੋ, ਸਾਰਾ ਦਿਨ ਖਾਉ ਬੱਡੂ ਕਰਦੇ ਰਹਿੰਦੇ ਹੋ। ਮੈਂ ਕੋਈ ਕੁੱਤਾ ਜਿਹੜਾ ਭੌਂਕਦਾ? ਨਾਲੇ ਕੁਲਦੀਪ ਹੋਰੇ, ਉਹਦੀ ਬਹੁਤੀ ਹਮਾਇਤ ਨਾ ਕਰਿਆ ਕਰ, ਉਹਨੂੰ ਕੁੜੀ ਦੇਣ ਨਾਲੋਂ ਕੁੜੀ ਨੂੰ ਕੋਈ ਧੱਕਾ ਨਾ ਦੇ ਦੂ ਖੂਹ ਦੇ ਵਿੱਚ। ਆਹ ਜਿਹੜੀ ਚਿੱਟੀ ਕੋਠੀ ਵਾਲੀ ਪੁਸ਼ਪ ਆ, ਉਹਨੇ ਵੀ ਆਪਣਾ ਮੁੰਡਾ ਵਿਆਹ ਲਿਆ, ਤੇ ਆਹ ਜਿਹੜੀ ਰਾਣੋ ਆ ਨੀਲੀ ਕੋਠੀ 'ਚ ਨਹੀਂ ਰੰਗ ਕਰਾਇਆ, ਉਹਨੇ ਵੀ ਆਪਣਾ ਮੁੰਡਾ ਵਿਆਹ ਲਿਆ। ਉਹ ਇਹਦੇ ਨਾਲੇ ਪੜ੍ਹਦੇ ਸੀ ਸਾਲੇ ਦੇ। ਇਹ ਕੋਈ ਕੰਮ ਤਾਂ ਕਰੇ, ਜੇ ਕੰਮ ਕਰੇ ਤਾਂ ਮੈਂ ਇਹਨੂੰ ਵਿਆਹ ਦਿਆਂ। ਮੈਂ ਕਹਿੰਦੀ ਸੀ ਜੀ, ਵਿਗੜੇ ਘੋੜੇ ਨੂੰ ਨੱਥ ਪਾਉਣੀ ਚੰਗੀ ਗੱਲ ਹੈ, ਆਪਾਂ ਜਵਾਕ ਦਾ ਵਿਆਹ ਕਰ ਦਿੰਨੇ ਆ, ਆਪੇ ਟੈਨਸ਼ਨ ਲੈ ਕੇ ਕੰਮ ਤੇ ਜਾਊਗਾ, ਨਾਲੇ ਆਪਾਂ ਨੂੰ ਸਮਾਂ ਮਿਲ ਜੇ ਇੱਕ ਦੂਜੇ ਨੇ ਟਾਈਮ ਬਿਤਾਉਣ ਦਾ। ਕੀ ਕਹਿੰਨੇ ਆ ਜੀ? ਉਹ ਟੱਕੀ ਰਹਿ ਤੂੰ।